ਹਾਂਜੀ, ਤੇ ਚਾਵਲ ਜਿਹੜੇ ਨਾ ਮਾਸ਼ਾਅੱਲਾ ਪੱਕ ਕੇ ਤਿਆਰ ਹੋ ਗਏ। ਔਰ ਸਾਰੇ ਭੈਣ ਭਾਈਆਂ ਨੂੰ ਦਾਵਾ ਤਾਂ ਖਾ ਸਕਦੇ ਹੋ, ਮਾਸ਼ਾਅੱਲਾ। ਇਸ ਖੱਡੇ ਤਾਂ ਲਿਆ ਰਹੇ ਹਾਂ, ਇਹ ਖੱਡੇ ਨੂੰ ਜਿਹੜਾ ਡੌਗ ਜਿਹੜਾ ਖਰਾਬ ਕੋਈ ਨਹੀਂ ਕਰਦਾ, ਬਾਕੀ ਸਾਰੇ ਖੱਡੇ ਨੂੰ ਜਿਹੜਾ ਖਰਾਬ ਕਰ ਦਿੰਦਾ। ਭਰੇ ਅੱਡ ਜਾਓ, ਭਰੇ ਅੱਡ ਜਾਓ। ਔਰ ਬੇਗਮ ਜਿਹੜੇ ਨਾ ਅੰਬ ਜਿਹੜੇ ਨਾ ਕਟਾਈ ਕਰ ਰਹੀ ਆ। ਹਾਂਜੀ, ਬੜੇ ਪਿਆਰੇ ਲੱਗ ਰਹੇ ਨਾ ਅੰਬ। ਆਹ ਦੇਖ, ਜੂਸ ਫਰੈਸ਼ ਬਣਦਾ ਪਿਆ। ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਅਲੈਕੁਮ। ਦੁਆ ਕਰਨਾ ਮੇਰੇ ਤਮਾਮ ਬੇਣ ਵੀਰਾਂ ਜਿੱਥੇ ਰਹੇ ਖੁਸ਼ ਰਹਿਣ, ਬਾਦ ਰਹੇ ਹਮੇਸ਼ਾ, ਹੱਸਦੇ ਮੁਸਕਰਾਉਂਦੇ ਰਹਿਣ। ਔਰ ਅੱਜ ਈਦ ਦਾ ਤੀਸਰਾ ਔਰ ਆਖਰੀ ਦਿਨ ਆ, ਮੇਰੇ ਵੱਲੋਂ ਸਾਰੇ ਭੈਣ ਭਾਈਆਂ ਨੂੰ ਈਦ ਮੁਬਾਰਕ। ਔਰ ਅਸੀਂ ਵੀ ਜਿਹੜਾ ਬਣਾ ਰਹੇ ਹਾਂ ਅੱਜ ਬੜਾ ਗੋਸ਼ਤ ਫਿਰ ਜਿਹੜਾ। ਚਲੋ ਚਾਵਲ ਬਣਾ ਲਏ, ਕਿਉਂਕਿ ਪਹਿਲੇ ਦਿਨ ਅਸੀਂ ਜਿਹੜਾ ਗੋਸ਼ਤ ਬਣਾਇਆ ਸੀ ਜਿਹੜਾ ਭਾਈ ਅਹਿਮਦ ਅਲੀ ਹੋਰਾਂ ਨੂੰ ਆਇਆ ਸੀ, ਔਰ ਅੱਜ ਅਸੀਂ ਗੋਸ਼ਤ ਬਣਾ ਰਹੇ ਹਾਂ ਜਿਹੜਾ ਭਾਈ ਨਵਾਜ਼ ਹੋਰਾਂ ਨੂੰ ਜਿਹੜਾ ਆਇਆ ਸੀ। ਤੇ ਅਸੀਂ ਜਿਹੜਾ ਬੱਕਰੇ ਦਾ ਜਿਹੜਾ ਰੱਖਿਆ ਸੀ ਕਿਲੋ ਡੇਢ, ਮੈਂ ਕਿ ਸੁਬਾਹ ਜਾਂ ਪਰਸੋਂ ਜਿਹੜਾ ਬਣਾ ਲਾਂਗੇ। ਹਾਂਜੀ, ਚਲੋ ਠੀਕ ਹੈ, ਓਕੇ ਹੋਈ, ਚਲੋ ਜਦੋਂ ਨਾ ਇਸਤੇਮਾਲ ਕਰ ਲੈਂਦੇ ਆ, ਤੇ ਫਿਰ ਜਿਹੜਾ ਦੂਸਰਾ ਉਹ ਬਰਫ਼ ਹੀ ਜਿਹੜੀ ਨਾ ਕਾਫੀ ਸਾਰੀ ਜੰਮੀ ਪਈ ਹੈ, ਬਰਫ਼ ਜੰਮੇਗੀ ਤੇ ਕੋਈ ਦੋ ਤਿੰਨ ਦਿਨ ਕੱਢੇਗਾ, ਬਰਫ਼ ਨਾ ਜੰਮੇਗੀ ਤੇ ਨਹੀਂ ਕੱਢਨੇ ਉਹਨੇ। ਔਰ ਅਸੀਂ ਜੇ ਅਨਾਜ ਬਣਾਵਾਂਗੇ ਨਲੀ ਪੁਲਾਓ, ਕਿਉਂਕਿ ਇੱਕ ਜਿਹੜੀ ਨਾ ਕਾਫੀ ਵੱਡੀ ਸਾਰੀ ਜਿਹੜੀ ਨਾ ਯਮੀ ਨਲੀ ਵਿੱਚ ਪਈ ਆ, ਮਜ਼ੇਦਾਰ। ਅੱਛਾ, ਕੀ ਨਲੀ ਖਾਣੀ ਆ? ਮੈਂ ਦੁਕਾਨ ਤੇ ਗਈ, ਮੈਨੂੰ ਕਹਿ ਰਹੀ ਪਾਪਾ ਨਲੀ ਪੱਕ ਰਹੀ ਆ। ਕੀ ਪੱਕ ਰਿਹਾ? ਕੀ ਸੀ ਅਲੀ? ਨਲੀ ਨਲੀ ਨਲੀ। ਅੱਜ ਆਪਾਂ ਨਲੀ ਪੁਲਾਓ ਬਣਾਉਣਾ, ਠੀਕ ਹੈ ਨਾ? ਨਲੀ ਖਾਣੀ ਕਿੰਨੇ ਆ? ਕਾਹ ਖਾਣੀ ਆ ਨਲੀ? ਤੂੰ ਖਾਣੀ ਸਾਰੀ? ਐ ਜੱਗਾ ਤਾਂ ਮੂੰਹ ਚ ਕੱਢ। ਸਾਰੀ ਨਲੀ ਕਿੰਨੇ ਖਾਣੀ ਆ? ਨੌਮੀ ਨੂੰ ਨੀ ਦੇਣੀ? ਨੌਮੀ ਨੂੰ ਨੀ ਦੇਣੀ? ਹਲੀਮਾ ਸਾਦੀਆ ਨੂੰ? ਸਾਰੀ ਤੂੰ ਖਾਣੀ ਆ? ਹਲੀਮਾ ਸਾਦੀਆ, ਨਲੀ ਖਾਣੀ ਆ ਤੂੰ? ਪਾਣੀ ਲੈ ਲਵਾਂ। ਔਰ ਦੂਸਰਾ ਅਸੀਂ ਵੀ ਜਿਹੜਾ ਦੁਪਹਿਰ ਜਿਹੜੀ ਜਿਹੜੀ ਨਾ ਬੂਟੀ ਜਿਹੜੀ ਨਾ ਲਾਣੀ ਸੀ, ਤੇ ਲੇਕਿਨ ਜਿਹੜੀ ਜਗ੍ਹਾ ਸਾਰੀ ਜਿਹੜੀ ਨਾ ਨਰਮ ਟੋਟਲ ਮੈਂ ਕਰ ਲਈ ਆ, ਤੂਤ ਦਾ ਮੁੱਢ ਜਿਹੜਾ ਨਾ ਥੱਲੇ ਤਕਰੀਬਨ ਜਿਹੜੇ 4-5 ਇੰਚੀ ਜਿਹੜੀ ਡੁਗਾਈ ਨਾ ਕਰ ਲਈ ਆ। ਓਏ ਹੋਏ ਹੋਏ ਹੋਏ, ਯਾਦ ਹੀ ਨਹੀਂ ਰਿਹਾ ਇੱਥੇ ਜਿਹੜੀ ਨਾ, ਤੇ ਧੁੱਪ ਤੇ ਪਈ ਆ, ਪਾਣੀ 'ਚ ਰੱਖਣਾ ਸੀ, ਬਾਲਟੀ ਲੈ ਵੀ ਆਉਂਦੀ ਸੀ, ਚਲੋ ਕੁਛ ਨਹੀਂ ਆਉਂਦੇ ਹੁੰਦੇ, ਪਾਣੀ ਜਿਹੜਾ ਕਾਫੀ ਸਾਰਾ ਹੁੰਦਾ, ਇਹਨੂੰ ਸਾਰੇ ਛਾਂ ਆ ਜਾਂਦੀ ਨਾ ਟੋਂਕ ਕੇ। ਸਵੇਰੇ ਫਸਟ ਟਾਈਮ ਨਹੀਂ ਲਾਈ ਮੈਂ, ਬੱਦਲ ਕਾਫੀ ਸਾਰਾ ਜਿਹੜਾ ਬਣ ਆਇਆ ਸੀ, ਮੈਂ 12 ਦਿਨ ਇੰਤਜ਼ਾਰ ਕਰ ਲਵਾਂ, ਉਸ ਤੋਂ ਬਾਅਦ ਜਿਹੜੇ ਲਾਵਾਂਗਾ, ਤੇ ਲਾ ਕੇ ਜਿਹੜਾ ਉਸ ਤੋਂ ਬਾਅਦ ਫੁੱਲ ਪਾਣੀ ਨਾਲ ਜਿਹੜਾ ਭਰ ਦੇਵਾਂਗੇ। ਔਰ ਖੱਡੇ ਵਗੈਰਾ ਸਾਰੀ ਸਾਫ਼ ਸਫਾਈ ਬਹੁਤ ਜ਼ਿਆਦਾ, ਜਿਹੜਾ ਕੰਮ ਵਗੈਰਾ ਜਿਹੜਾ ਬਣਿਆ, ਤੇ ਕੱਲ੍ਹ ਤਾਂ ਸਾਰਾ ਦਿਨ ਜਿਹੜਾ ਟੈਨਸ਼ਨ ਜਿਹੜਾ ਗੁਜ਼ਰ ਗਿਆ। ਔਰ ਮੈਨੂੰ ਕਮੈਂਟ 1-2 ਆਏ ਸੀ ਕਿ ਯਾਦ ਵੀ ਕੱਲ੍ਹ ਜਿਹੜਾ ਤੁਸੀਂ ਕਹਿ ਰਹੇ ਸੀ ਕਿ ਨੁਕਸਾਨ ਜਿਹੜਾ ਸਿਰਫ ਔਰ ਸਿਰਫ ਜਿਹੜਾ 8,000 ਦਾ ਹੋਇਆ, ਲੇਕਿਨ ਜਿਹੜਾ ਤੁਸੀਂ ਵਲਾਗ ਜਿਹੜਾ ਦੇਖ ਸਕਦੇ ਹੋ ਕੱਲ੍ਹ ਵਾਲਾ ਹੀ, ਕਿਉਂਕਿ 8,000-8,500 ਰੁਪਏ ਜਿਹੜਾ 150 ਵਾਲਾ ਜਿਹੜਾ ਇਹ ਚੁਕੀਜਾ ਸੀ, ਤੇ 3-4,000 ਰੁਪਏ ਜਿਹੜਾ 10-20 ਵਾਲੇ ਜਿਹੜਾ ਕਾਪੀਆਂ ਸੀ ਉਹ ਵਾਲੀ ਜਿਹੜੀ ਚਵੀਜੀਆ ਸੀ, ਇਸ ਕਰਕੇ ਟੋਟਲ ਜਿਹੜਾ 12-13,000 ਰੁਪਏ ਜਿਹੜਾ ਬਣਦਾ। ਹਾਂ, ਬੋਤਲ ਸਿੱਟੀ ਨੇ ਪਾਣੀ ਪੀਊ,
ਚਲ ਪੀ ਲਾ। ਔਰ ਸਾਨੂੰ ਇਹਨਾਂ ਬੋਤਲਾਂ ਦੀ ਕਾਫੀ ਸਾਰੀ ਜਿਹੜੀ ਸਹੂਲਤ ਹੋਈ ਆ, ਇੱਕ ਤਾਂ ਜਿਹੜੀ ਪ੍ਰੋਫਿਟ ਹੀ ਵੱਧ ਜਾਂਦੀ ਹੈ, ਇੱਕ ਸਾਨੂੰ ਬੋਤਲ ਜਿਹੜੀ ਖਾਲੀ ਹੈ ਵੀ ਵੱਧ ਜਾਂਦੀ, ਕਿਉਂ ਕਹਿੰਦੇ ਜਿਹੜੀਆਂ ਮਿੱਠੀਆਂ ਨਾਲੀਆਂ ਹੁੰਦੀਆਂ ਨੇ, ਅਤੇ ਇਹ ਵਾਲੀ ਬੋਤਲਾਂ ਸਾਨੂੰ ਪੀਣ ਵਾਸਤੇ ਜਿਹੜੀ ਵੱਧ ਜਾਂਦੀਆਂ ਨੇ ਅਤੇ ਪ੍ਰੋਫਿਟ ਵੀ ਜਿਹੜੀ ਵੱਧ ਜਾਂਦੀ ਆ। ਤੂੰ ਤਾਂ ਲਾਊਂ ਉਹ ਪਾਣੀ ਕੋਈ ਨਹੀਂ ਲੱਗਿਆ, ਦੋ ਤਿੰਨ ਦਿਨ ਹੋ ਗਏ ਪਾਤਰ ਸੁੱਕਣੇ ਹੀ ਆ ਗਰਮੀ। ਓਏ ਹੋਏ ਇਹਨਾਂ ਦਾ ਕੋਈ ਇਲਾਜ ਜਿਹੜਾ ਕਰਨੇ ਆ, ਇਹ ਤਾਂ ਬੜੇ ਖਤਰਨਾਕ ਨੇ। ਓਏ ਹੋਏ 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 ਉਹ ਤਾਂ ਇੰਨੇ ਇੰਨੇ ਛੱਤੇ ਜਿਹੜੇ ਮੱਖੀਆਂ ਦੇ ਛੱਤੇ ਨੂੰ ਉਹਨੇ ਛੱਤੇ ਜਿਹੜਾ ਡੇਮੂਆਂ ਦੇ ਜਿਹੜਾ ਸਾਵੇਂ ਜਿਹੜਾ ਬਣੇ ਖੁੱਤੇ, ਓਏ ਹੋਏ ਦੇਖ ਕੇ ਡਰ ਲੱਗ ਰਿਹਾ। ਇੱਧਰ ਵੀ ਜਿਹੜਾ ਉਹ ਕਾਫੀ ਸਾਰੇ ਜਿਹੜਾ ਬੈਠੇ ਨੇ। ਚਲੋ ਸਰਦੀਆਂ ਤੀਕਰ ਮੈਨੂੰ ਨਹੀਂ ਲੱਗਦਾ, ਵੈਸੇ ਇੱਕ ਗੱਲ ਆ, ਇਹ ਆਸਤਾ ਆਸਤਾ ਦਿਨ ਬ ਦਿਨ ਜਿਹੜਾ ਇਜ਼ਾਫਾ ਹੁੰਦਾ ਜਾਂਦਾ, ਵੱਡੇ ਛੱਤੇ ਹੋ ਜਾਂਦੇ, ਕਿਉਂਕਿ ਛੋਟੇ ਛੋਟੇ ਬੱਚੇ ਗਾਰੇ 'ਚ ਨੇ, ਕਾਫੀ ਸਾਰਾ ਨੁਕਸਾਨ ਦਿੰਦੇ ਨੇ, ਅਗਰ ਜ਼ਿਆਦਾ ਲੜ ਜਾਣ ਤਾਂ ਤਬੀਅਤ ਬਹੁਤ ਜ਼ਿਆਦਾ ਖਰਾਬ ਹੋ ਜਾਂਦੀ ਆ। ਇਸ ਵਜ੍ਹਾ ਨਾਲ ਜਿਹੜਾ ਇਹਨਾਂ ਦਾ ਕੋਈ ਇਲਾਜ ਜਿਹੜਾ ਮੈਂ ਕਰਨਾ, ਇੱਕ ਦੋ ਦਿਨਾਂ ਦੇ ਅੰਦਰ ਹੀ ਜਿਹੜਾ ਇਹਨਾਂ ਦਾ ਜਿਹੜਾ ਕੋਈ ਇਲਾਜ ਵਗੈਰਾ ਮੇਰੇ ਕੋਲ ਹੁੰਦਾ ਨਾ, ਇਹਨਾਂ ਲਾਜ਼ਮੀ ਕਰਨਾ ਔਰ ਇੱਥੋਂ ਜਿਹੜਾ ਇਹਨਾਂ ਨੂੰ ਗਾਇਬ ਕਰਨਾ, ਕਿਉਂਕਿ ਕਾਫੀ ਸਾਰੀ ਜਿਹੜਾ ਖਤਰਨਾਕ ਚੀਜ਼ ਆ। ਇਸ ਵਜ੍ਹਾ ਤੋਂ ਜਿਹੜਾ ਇਹਨੂੰ ਘਰ ਦੇ ਵਿੱਚ ਜਿਹੜਾ ਨਹੀਂ ਰੱਖ ਸਕਦੇ, ਕਿਉਂਕਿ ਹਲੀਮਾ ਸਾਦੀਆ ਨਿਜਾਬ ਫਾਤਮਾ ਨੁਮਾਨ ਨੇ, ਜਿਸ ਟਾਈਮ ਮੈਂ ਗਾਰਡਨ ਨੇ ਜਾਣਾ, ਸਾਰੇ ਜਣ ਉੱਧਰ ਜਾਂਦੇ ਨੇ, ਬੱਚੇ ਨੂੰ ਲੜਨਗੇ ਨੂੰ, ਅਗਰ ਚਿਹਰੇ 'ਤੇ ਤਾਂ ਲੜ ਜਾਣ, ਇੱਕ ਦੋ ਦਫ਼ਾ ਜਿਹਨੇ ਲੜੇ ਸੀ, ਇੱਥੇ ਅੱਖੀ ਦੁਪਹਿ ਐਡੇ ਐਡੀ ਅੱਖ ਹੋ ਗਈ ਸੀ, ਗੱਲ ਜਿਹੜੀ ਐਡੀ ਹੋ ਗਈ ਸੀ, ਇਸ ਕਰਕੇ ਇਹਨਾਂ ਨੂੰ ਅੱਜ ਤੁਹਾਨੂੰ ਆ। ਮੈਂ ਵੀ ਬਾਈ ਰੇੜੀ ਵਾਲੇ ਜਿਹੜਾ ਆਇਆ ਸੀ ਲੈਣ ਅੰਬ ਔਰ ਬੇਗਮ ਨੂੰ ਜੇ ਬਣਾਓ ਜੂਸ, ਔਰ ਮੈਂ ਕਿ ਜਿਹੜਾ ਲੇਟ ਹੋ ਜਾਣੀ, ਹਾਲੇ ਤੱਕ ਤਾਂ ਬਿਰਿਆਨੀ ਨੂੰ ਕਾਫੀ ਸਾਰੀ ਤਕਰੀਬਨ ਘੰਟਾ ਲੱਗ ਜਾਣਾ, ਹਾਲੇ ਤੱਕ ਅੱਧਾ ਘੰਟਾ ਹੋਰ ਗੋਸ਼ਤ ਉਬਲੇਗਾ, ਗੋਸ਼ਤ ਉਬਲ ਕੇ ਉਸ ਤੋਂ ਬਾਅਦ ਜਿਹੜਾ ਚਾਵਲ ਬਣਨਗੇ, ਸ਼ਾਮ ਟਾਈਮ ਜਿਹੜਾ ਤਕਰੀਬਨ ਬਣਨੇ, ਮੈਂ ਕਿ ਪਹਿਲੇ ਜਿਹੜਾ ਜੂਸ ਜਿਹੜਾ ਉਹ ਬਣਾ ਕੇ ਜਿਹੜਾ ਦੁਪਹਿਰ ਟਾਈਮ ਪੀਂਦੇ ਹਾਂ। ਔਰ ਬੇਗਮ ਜਿਹੜਾ ਅੰਬ ਜਿਹੜਾ ਕਟਾਈ ਕਰ ਰਹੀ ਆ, ਹਾਂਜੀ ਪਿਆਰੇ ਲੱਗ ਰਹੇ ਨੇ ਅੰਬ, ਆਹ ਦੇਖ ਜੂਸ ਫਰੈਸ਼ ਬਣਦਾ ਪਿਆ, ਆਹ ਫਰੈਸ਼ ਜੂਸ ਬਣ ਰਿਹਾ, ਪਰੇਸ਼ਾਨ ਨਹੀਂ ਹੋਣਾ। ਉਹ ਡੱਬੇ ਵਾਲਾ ਜੂਸ ਲੈਂਦੀ ਆ, ਪਹਿਲੇ ਇੱਕ ਇੱਕ ਪੀਤਾ ਇਹਨੇ ਸਾਰਿਆਂ ਨੇ, ਮੈਂ ਕਿਹਾ ਤਾਜ਼ਾ ਜੂਸ ਜਿਹੜਾ ਪੀ ਲਵਣਗੇ। ਚੱਲ ਤੋ ਡੱਬੇ ਵਾਲੇ ਤੈਨੂੰ ਜੂਸ ਚਾਹ ਦਿਓ, ਆ ਜਾ ਨੁਮਾਨ ਨਿਜਾਬ ਫਾਤਮਨ ਜੂਸ ਚੱਕ ਕੇ ਦੇਵੀ, ਜਾ ਚੱਕ ਲਾ, ਚੱਲ ਆ ਜਾ ਮੈਂ ਨਾਲ ਜਾਵਾਂ ਹੈਂ। ਔਰ ਮੈਂ ਨਿਜਾਬ ਫਾਤਮਨ ਸਭ ਤੋਂ ਪਹਿਲੇ ਜੂਸ ਚਾਹ ਕੇ ਦੇ ਲਵਾਂ, ਔਰ ਜੂਸ ਨਿਜਾਬ ਫਾਤਮਨ ਨੂੰ ਲਿਆ ਕੇ ਜਿਹੜਾ ਮੈਂ ਦੇ ਦਿੱਤਾ, ਹੁਣੇ ਆ 10 ਮਿੰਟਾਂ 'ਚ ਫਰੈਸ਼ ਜੂਸ ਬਣ ਜਾਣਾ ਸੀ, ਉਹ ਪੀ ਲੈਂਦੀ ਕਾਬੂ ਕਰਕੇ ਨਾ ਆਪਣ ਸਟਰੋ ਹੀ ਬੜੀ ਮੁਸ਼ਕਿਲ। ਅੱਛਾ ਪੁੱਤਰ ਆਇਆ, ਇੱਕ ਮਿੰਟ ਮੈਂ ਆਇਆ, ਆ ਨਿਜਾਬ ਫਾਤਮਨ ਜਿਹੜਾ ਚੱਲ ਪੈਗੀ ਪੀ ਲਾਓ। ਔਰ ਮੈਂ ਵੀ ਜਾਣਾ ਚੱਲਾਂ ਦੁਕਾਨ 'ਤੇ, ਨੁਮਾਨ ਜਿਹੜਾ ਕਹਿ ਰਿਹਾ ਬੋਤਲ ਵਾਲਾ ਜਿਹੜਾ ਕੋਈ ਕਸਟਮਰ ਆਇਆ, ਅੱਛਾ ਜੂਸ ਬਣ ਗਿਆ ਫਿਰ ਦੁਕਾਨ 'ਤੇ ਲੈ ਕੇ ਆ ਜਾਵੀ, ਇੱਥੇ ਜਿਹੜਾ ਪੀ ਲਾਂਗੇ। ਔਰ ਚੀਨੀ ਜਿਹੜੀ ਨਾ ਖਤਮ ਹੋਈ ਸੀ, ਮੈਂ ਚੀਨੀ ਮੈਂ ਕਿਹਾ ਜਿਹੜਾ ਲਈ ਜਾਈ, ਔਰ ਬੇਗਮ ਜਿਹੜਾ ਜੂਸ ਜਿਹੜਾ ਉਹ ਬਣਾ ਰਹੀ ਆ, ਔਰ ਜੂਸ ਜਿਹੜਾ ਬੇਗਮ ਜਿਹੜਾ ਬਣਾ ਰਹੀ ਆ, ਔਰ ਚੀਨੀ ਪਹਿਲਾਂ ਹੀ ਨੁਮਾਨ ਲੈ ਕੇ ਆ ਗਿਆ, ਤਾਂ ਮੈਂ ਵੀ ਜਿਹੜਾ ਲੈ ਕੇ ਆ ਗਿਆ, ਚਲੋ ਵਾਪਸ ਲਈ ਜਾ ਸੁਣ। ਹਾਂ ਚੀਨੀ ਜਿਹੜੀ ਨਾ ਥੋੜ੍ਹੀ ਪੈਂਦੀ ਅੰਬ ਵਿੱਚ, ਕਿਉਂਕਿ ਅੰਬ ਪਹਿਲੇ ਜਿਹੜੇ ਨਾ ਮਿੱਠੇ ਹੁੰਦੇ, ਹੁਣ ਬਣੇਗਾ ਫਰੈਸ਼ ਜੂਸ। ਪੀ ਜੂਸ ਤੈਨੂੰ ਇੱਧਰੋਂ ਨਹੀਂ ਮਿਲਣਾ, ਫਰੈਸ਼ ਜੂਸ ਨਹੀਂ ਮਿਲਣਾ, ਇਹ ਡੱਬੇ ਵਾਲਾ ਹੀ ਪੀਣਾ ਹੀ, ਤੈਨੂੰ ਤਾਂ ਸੋਚ ਕੋਈ ਨਹੀਂ ਆ। ਤਾਰ ਨਹੀਂ ਲੱਗੀ ਸਹੀ, ਹੁਣ ਚੱਲ ਗਈ। ਚੱਲ ਮੈਂ ਲੈਣਾ, ਹੋਰ ਜੀ ਹੁਣ ਜਾ ਤਾਰ ਲੱਗੀ ਆ ਸਾਡੀ, ਜੂਸ ਜਿਹੜਾ ਬਣ ਰਿਹਾ।
ਛਾਪਾ ਲੈ ਵੀ ਜਾਵੇ ਤੇ ਕੋਈ ਕਰੇ ਫਿਰ ਆ ਲੂ। ਚੱਲ ਬੰਦ ਕਰ ਦੇ ਪੈਰ ਨੂੰ, ਸੋਚ ਪਹਿਲੇ ਤੇ ਜਿਹੜਾ ਲੱਗਿਆ ਹੋਇਆ ਸੀ ਲੇਕਿਨ ਜਿਹੜਾ ਖਰਾਬ ਹੋ ਗਿਆ ਸੀ, ਫਿਰ ਜਿਹੜਾ ਅੱਗੇ ਜਿਹੜਾ ਸੋਚ ਜਿਹੜਾ ਕੱਟ ਦਿੱਤਾ ਸੀ ਤੇ ਹੁਣ ਜਿਹੜਾ ਬੇਗਮ ਜਿਹੜਾ ਜੂਸ ਜਿਹੜਾ ਬਣਾ ਰਹੀ ਆ, ਮੈਂ ਜਿਹੜਾ ਇੱਧਰ ਦੁਕਾਨ ਤੇ ਆ ਗਿਆ, ਲੀਮਾ ਸਾਹ ਦੀਆ ਜੂਸ ਬਣ ਰਿਹਾ ਫਰੈਸ਼, ਜਾ ਆਪ ਹੀ ਪੀਆ ਮੇਰੇ ਵਾਸਤੇ ਲੈ ਕੇ ਆ, ਸ਼ਾਬਾਸ਼ ਆਪ ਹੀ ਪੀਆ ਮੇਰੇ ਵਾਸਤੇ ਲੈ ਕੇ ਆ। ਲੀਮਾ ਸਾਹ ਦੀ ਬੜੀ ਸ਼ੌਂਕ ਨਾਲ ਪੀਂਦੀ ਹੈ, ਦੌੜ ਕੇ ਜਦੋਂ ਓਲੇ ਕਮਰੇ ਚ ਓਲੇ ਚ ਇਸ ਕਮਰੇ ਚ ਹੈ, ਤੈਨੂੰ ਨਹੀਂ ਦੇਣਾ ਨੀ ਜਾ, ਫਾਤਿਮਾ ਕਹਿ ਰਹੀ ਹੈ ਜੂਸ ਬਣਿਆ ਖੋਲਤਾ ਮੈਂ ਵੀ ਪੀਊਂਗਾ। ਕੇਲੇ ਜਿਹੜੇ ਅਸੀਂ ਲੈ ਸੀ 3-4 ਦਿਨ ਜਿਹੜੇ ਹੁੰਦੇ ਪਏ, ਲੇਕਿਨ ਕੇਲਿਆਂ ਦਾ ਹੁਣ ਜਿਹੜਾ ਜ਼ਾਇਕਾ ਜਿਹੜਾ ਠੀਕ ਨਹੀਂ, ਜਿਵੇਂ ਇਸ ਤਰ੍ਹਾਂ ਕੇਲੇ ਨੂੰ ਜਿਵੇਂ ਪਲਾਸ ਘੱਟਦੇ ਹੁੰਦੇ, ਲੇਕਿਨ ਅਤੇ ਇਸ ਕਰਕੇ ਜਿਹੜਾ ਅੰਬ ਜਿਹੜੇ ਹੁਣ ਤਾਜ਼ੇ ਜਿਹੜੇ ਆਉਂਦੇ ਨਾ, ਇਸ ਕਰਕੇ ਜਿਹੜਾ ਅੰਬ ਲੈ ਲਈ ਦੇਣ ਹੁੰਦਾ ਜਿਹੜਾ ਜੂਸ ਬਣਾ ਜੀ। ਸਿਰਾਣੀ ਆ ਪੁੱਤਰ ਤੇਰੀ, ਹਾਂ ਫੀਡਰ ਲੈ ਜਾ ਜੂਸ ਪੀ ਲਾ, ਠੀਕ ਹੈ ਨਾ, ਮੈਂ ਮਜ਼ਾਕ ਕਰ ਰਿਹਾ ਸੀ ਵੀ ਨਹੀਂ ਜਾ ਫਾਤਮਾ ਜੂਸ ਨਹੀਂ ਦੇਣਾ, ਚੱਲ ਉੱਠ ਜਾ ਜੂਸ ਲਿਆ ਮੇਰੇ ਵਾਸਤੇ, ਮੈਂ ਪੀ ਕੇ ਦੁਕਾਨ 'ਤੇ ਜਾਊਂਗਾ ਫਿਰ, ਜਾ ਹਾਲੇ ਬਣਦਾ ਪਿਆ, ਚਲੋ ਠੀਕ ਹੈ ਬਣ ਜਾਂਦਾ ਫਿਰ ਜਿਹੜੇ ਇੰਤਜ਼ਾਰ ਕਰਨੇ ਔਰ ਸਿੱਕਾ ਇਸ ਟਾਈਮ ਜਿਹੜਾ ਫਰੈਸ਼ ਅਤੇ ਕਾਫੀ ਸਾਰਾ ਜਿਹੜਾ ਹੁੰਦਾ। ਔਰ ਮੈਂ ਵੀ ਜਿਹੜਾ ਹਮਾਮ 'ਤੇ ਜਿਹੜਾ ਜਾਣਾ ਥੋੜ੍ਹੇ ਠੰਡੇ ਟਾਈਮ ਜਿਹੜਾ ਜਾਵਾਂਗਾ, ਵਾਲ ਵੀ ਕਟਾਏ ਆਉਣੇ ਨੇ, ਖੱਤ ਜਿਹੜਾ ਇਹ ਵੀ ਕਰਾਇਆ ਆਉਣਾ। ਹਾਂਜੀ ਅਤੇ ਜੂਸ ਪੀ ਕੇ ਮੈਂ ਵੀ ਚਲਾ ਗਿਆ ਸੀ ਦੁਕਾਨ 'ਤੇ, ਔਰ ਬਾਕੀ ਮਸਾਲਾ ਪਿਆ ਹੋਇਆ ਸੀ, ਟਮਾਟਰ ਜਿਹੜੇ ਨੇ ਖਤਮ ਹੋਏ ਸੀ ਅਤੇ ਸਬਜ਼ ਮਿਰਚਾਂ ਜਿਹੜੇ ਨੇ ਖਤਮ ਹੋਏ, ਮੈਂ ਤੋਂ ਪਹਿਲੇ ਜਿਹੜਾ ਮਸਾਲੇ ਜਿਹੜੇ ਸਾਰੇ ਲਿਆ ਕੇ ਰੱਖਣੇ ਸੀ, ਲੇਕਿਨ ਜਿਹੜਾ ਕੋਈ ਨਹੀਂ ਲੈ ਦਿੰਦਿਆ, ਪਹਿਲੇ ਤਾਂ ਪਿਆ ਸੀ ਕਿ ਥੋੜ੍ਹੇ ਬਹੁਤ ਮੈਂ ਉਸ 'ਤੇ ਗੁਜ਼ਾਰਾ ਹੋ ਜਾਵੇਗਾ। ਇਹ ਮਸਾਲਾ ਆ ਗਿਆ ਔਰ ਗੋਸ਼ਤ ਵੀ ਸਾਡਾ ਉਬਲ ਕੇ ਜਿਹੜਾ ਹੋ ਗਿਆ ਤਿਆਰ, ਔਰ ਬੇਗਮ ਜਿਹੜਾ ਮੈਨੂੰ ਧੋ ਰਹੀ ਆ ਬਰਤਨ, ਆਹ ਮਸਾਲਾ ਚਲੋ ਠੀਕ ਹੈ, ਔਰ ਗੋਸ਼ਤ ਦੀ ਚੱਲ ਕੇ ਕੰਡੀਸ਼ਨ ਚੈੱਕ ਕਰਨੇ ਆ, ਮੈਨੂੰ ਲੱਗਦਾ ਹੋ ਗਿਆ, ਹਾਂ ਮਾਸ਼ਾਅੱਲਾ ਬੜੀ ਖੁਸ਼ਬੂ ਆ ਰਹੀ ਹੈ, ਨਲੀ ਕੋਈ ਵੀ ਨਹੀਂ ਖਾਂਦਾ, ਪਰੇਸ਼ਾਨ ਨਾ ਹੋ, ਕੋਈ ਦੇਜਕੀ ਨੇੜੇ ਜਾਂਦਾ ਤੇ ਕਹਿ ਰਹੀ ਨਲੀ ਮੇਰੀ ਆ, ਦੇਜਕੀ ਤਾਂ ਪਹਿਲੇ ਮੈਂ ਛਾਬਾ ਖੋਲ ਕੇ ਦੇਖਿਆ ਸੀ ਤੇ ਕਹਿ ਰਹੀ ਸੀ ਨਲੀ ਮੇਰੀ ਆ, ਨਲੀ ਤੇਰੀ ਨਲੀ ਹੈ, ਚਲੋ ਠੀਕ ਹੈ ਆ ਜਾ ਤੈਨੂੰ ਨਲੀ ਦੇਵਾਂਗੇ ਮੈਂ, ਲੈ ਆਉਣਾ ਗਿਓ। ਔਰ ਗਿਓ ਜਿਹੜਾ ਸੀ ਪਰਸੋਂ ਜਿਹੜਾ ਤੱਕ ਚੱਕਿਆ ਸੀ ਖਤਮ ਹੋ ਗਿਆ, ਔਰ ਫਿਰ ਜਿਹੜਾ ਪੈਕਟ ਇੱਕ ਜਿਹੜਾ ਚੱਕ ਲਈਆਂ, ਮੈਂ ਵੀ ਚਾਵਲ ਵੀ ਜਿਹੜਾ ਲੈ ਕੇ ਆ ਗਿਆ, ਔਰ ਘੀ ਦਾ ਪੈਕਟ ਜਿਹੜਾ ਨਿਜਾ ਫਾਤਮਾ ਨੇ ਮੇਰੇ ਤੋਂ ਪਹਿਲੇ ਜਿਹੜਾ 1 ਕਿਲੋ ਵਾਲਾ ਜਿਹੜਾ ਚੱਕ ਲਿਆ, ਚੱਲ ਲੈ ਕੇ ਆ ਜਾ, ਉਹਨੇ ਉੱਥੇ ਯਾਦ ਸੁਣਿਆ ਵੀ ਕੀ ਖਤਮ ਹੋਇਆ, ਫੌਰੀ ਤੌਰ ਪੈਕਟ ਜਿਹੜਾ ਚੱਕ ਕੇ ਲੈ, ਆ ਚਾਵਲ ਹੀ ਲੈ ਲੈ, ਅੱਛੇ ਲੱਗਾ ਜੀ, ਮੈਂ ਕਿਹਾ ਤੁਸੀਂ ਨਾਰਮਲ ਕੋਈ ਲੈਣ ਦੇ, ਮੈਂ ਕਿਹਾ ਜਿਹੜਾ ਬੜੀ ਵੀ ਆਈ ਪੀ ਪੁਲਾਓ ਜਿਹੜਾ ਬਣੇਗਾ ਨਲੀ ਪੁਲਾਓ ਨਾ, ਓਏ ਓਏ ਆ ਲੈ ਪਹਿਲਾਂ ਗੀਜ਼ ਪੈਕਟ ਜਿਹੜਾ ਬਾਲਟੀ ਜਿਹੜਾ ਕੱਟ ਕੇ ਪਾ ਲਓ, ਚਾਵਲ ਕਿੰਨੇ ਕਿੰਨੇ ਖਾਣੇ ਨੇ, ਹੱਥ ਖੜਾ ਕਰੋ, ਹੱਥ ਖੜਾ ਕਰੋ, ਤੂੰ ਖਾਣੇ ਨੇ ਗਿਲਾਸ ਦੇਖ ਤਾ ਇਸੂ, ਚਾਵਲ ਕਿੰਨੇ ਖਾਣੇ ਨੇ, ਹੱਥ ਖੜਾ ਕਰੋ, ਤੂੰ ਖਾਣੇ ਸਾਧੀਆ ਹੱਥ ਖੜਾ ਕਰ, ਚਾਵਲ ਖਾਣੇ ਨਹੀਂ ਤਾਂ ਹਾਂ ਬੋਟੀ ਖਾਣੀ, ਨਲੀ ਮੈਂ ਖਾਣੀ ਹੈ, ਨਹੀਂ ਨਲੀ ਮੈਂ ਖਾਣੀ, ਮੈਂ ਖਾਣੀ ਹੈ, ਮੈਂ ਖਾਣੀ ਨਲੀ, ਹੁਣ ਹੈ ਹੀ ਇੱਕ ਨਲੀ ਆਪਣੀ ਪਿਓ ਦੀਦੀ ਤੇ ਇਸ ਤਰ੍ਹਾਂ ਲੜਾਈ ਬਣੇਗੀ, ਲੈ ਤੂੰ ਖਾਣੀ ਹੈ, ਚਲੋ ਠੀਕ ਹੈ ਤੂੰ ਖਾ ਲਈ, ਠੰਡੇ ਪਾਣੀ ਦੀ ਬੋਤਲ ਨਾਲ ਰੱਖੀ ਹੈ, ਨਹੀਂ ਸਮਝ ਲੱਗ ਰਹੀ,
ਆ ਤੂੰ ਉੱਪਰ ਪਲੇਟ ਲਿਆ ਟਮਾਟਰ ਕਿਸੇ ਵੀ ਨਹੀਂ ਖਾਣੇ ਆਏ ਠੀਕ ਹੈ ਨਾ ਹਾਂ ਟਮਾਟਰ ਨਹੀਂ ਖਾਣੇ ਨਹੀਂ ਮਹਿੰਗੇ ਛੋੜ ਕੇ ਆਏ ਕੱਚੇ ਜੇ ਦੂਸਰੇ ਰੈਡ ਹੁੰਦੇ ਨੇ ਫੁੱਲ ਖਾ ਲੈਣ ਫਿਰ ਵੀ ਕੋਈ ਨਹੀਂ ਕੱਚੇ ਟਮਾਟਰ ਨੇ ਨਹੀਂ ਖਾਣੇ ਇਹਨਾਂ ਮੈਂ ਵੀ ਦੇਖਣਾ ਛਾਂ ਆ ਗਈ ਨਾ ਗਾਰਡਨ ਨਾਲ ਤੂੰ ਤਾਂ ਕੰਮ ਸ਼ੁਰੂ ਕਰਨਾ ਮਾਂ ਨੇ ਜਿਹੜਾ 2 ਮਿੰਟ ਦੁਕਾਨ 'ਤੇ ਜਿਹੜਾ ਬਿਠਾਇਆ ਅਤੇ ਇਹ ਲਾ ਲਈ ਹਾਲੀ ਤਿੱਕਰ ਜੀ ਇਹਨਾਂ ਧੁੱਪਾ ਬਲਕਿ ਜਿਹੜੇ ਧੁੱਪੇ 'ਚ ਜਿਹੜੇ ਨੂੰ ਲਾ ਲੈਂਦੇ ਹਾਂ ਉਹ ਹਾਲੀ ਤਿੱਕਰ ਜਿਹੜਾ ਸੁੱਡੇ ਵਗੈਰਾ ਜਿਹੜਾ ਪੱਠੇ ਸੁੱਕੇ ਹੋਏ ਜਿਹੜੇ ਪਹਿਨੇ ਵੀ ਜਿਹੜੇ ਬਾਹਰ ਸਿੱਟਣੇ ਸੀ ਇੱਥੇ ਜਿਹੜਾ ਇਕੱਠੇ ਜਿਹੜਾ ਕਰਤੇ ਔਰ ਫੱਟਾ ਬਣਾਉਣਾ ਸੀ ਟਾਈਮ ਜਿਹੜਾ ਲੱਗ ਹੀ ਨਹੀਂ ਰਿਹਾ ਚਲੋ ਅੱਜ ਗਾਰਡਨ ਦਾ ਕੰਮ ਕਲੀਅਰ ਹੋਵੇਗਾ ਨਾ ਉਸ ਤੋਂ ਬਾਅਦ ਜਿਹੜਾ ਫੱਟਾ ਵਗੈਰਾ ਉਹ ਤੰਦੂਰ ਨੂੰ ਜੇ ਮੁੰਗਰ ਕੰਪਲੀਟ ਹੋ ਗਿਆ ਸ਼ਾਮ ਨੂੰ ਨਿਕਲ ਜਾ ਆ ਜਾਓ ਚੱਲ ਤੂੰ ਖਾ ਲੈ ਠੀਕ ਖਾ ਲਈ ਆ ਜਾ ਕੀ ਚੀਜ਼ ਆ ਜਾਓ ਹਾਂ ਉਹ ਨਲੀ ਤੂੰ ਖਾ ਲਵੀ ਲੈ ਲੀਮਾ ਸਾਧੀਆਂ ਤਾਂ ਪਰੇਸ਼ਾਨੀ ਆਪਣੀ ਆ ਨਲੀ ਕੋਈ ਖਾ ਨਾ ਲਵੇ ਇੱਥੇ ਦੇਖ ਕੇ ਕੋਲ ਬਹਿ ਜਾ ਕਿਸੇ ਨੂੰ ਹੱਥ ਨਾ ਲਾਵਾਂ ਦੇਵੀ ਠੀਕ ਹੈ ਖਾ ਲਵੀ ਫਿਰ ਤੋੜ ਚਲੀ ਗਈ ਉਹ ਨਲੀ ਨੂੰ ਕੋਈ ਨਾ ਹੱਥ ਲਾਵੇ ਕੋਈ ਵੀ ਨਹੀਂ ਹੱਥ ਲਾਉਂਦਾ ਪਰੇਸ਼ਾਨ ਨਾ ਲੈ ਲਾ ਜਾ ਜਾ ਪਲੇਟ ਕੌਲੀ ਚਾਹ ਲਿਆ ਅਤੇ ਕਢਾ ਲਾ ਆ ਪਲੇਟ ਲੈ ਜਾ ਘੱਟ ਲਾ ਦੀ ਨਲੀ ਜਾ ਆ ਪਲੇਟ ਲੈ ਜਾ ਆ ਨਲੀ ਘੜ ਲਾ ਕੱਚੀ ਖਾ ਜਾ ਕੋਈ ਰੋਲਾ ਨਹੀਂ ਅੱਛਾ ਜਿਸ ਟਾਈਮ ਪੱਕ ਜਾਣੀ ਨਾ ਇਹਨੇ ਥੋੜ੍ਹੀ ਜਿਹੀ ਵੀ ਨਹੀਂ ਖਾਣੀ ਬਸ ਸ਼ੌਂਕ ਆ ਇਹਨੂੰ ਅਤੇ ਜਿਸ ਟਾਈਮ ਪੱਕ ਜਾਣੀ ਇੱਕ ਬੋਟੀ ਇਹਨਾਂ ਦੋਵਾਂ ਬਹਿਣਾ ਕੋਈ ਨਹੀਂ ਖਾਧੀ ਜਾਣੀ ਅਤੇ ਨਲੀ ਤਾਂ ਬਿਲਕੁਲ ਹੀ ਇਹਨਾਂ ਨੇ ਜਿਹੜਾ ਕੋਈ ਨਹੀਂ ਖਾਣੀ ਬਸ ਸ਼ੌਂਕ ਇਹਨੇ ਸਿਰਫ ਹਾਂਜੀ ਅਤੇ ਮਸਾਲਾ ਜਿਹੜਾ ਬਣ ਕੇ ਹੋ ਗਿਆ ਤਿਆਰ ਔਰ ਬੇਗਮ ਜਿਹੜਾ ਮਸਾਲਾ ਜਿਹੜਾ ਗ੍ਰੈਂਡ ਜਿਹੜਾ ਕਰ ਰਹੀ ਆ ਅਦਰਕ ਲਸਣ ਪਿਆਜ਼ ਵੀ ਹੈ ਲਸਣ ਅੱਛਾ ਜੀ ਸਬਜ਼ ਮਿਰਚਾਂ ਔਰ ਨਾਲ ਜਿਹੜਾ ਲਸਣ ਔਰ ਅਦਰਕ ਜਿਹੜਾ ਉਹ ਮਿਕਸ ਕਰਕੇ ਜਿਹੜਾ ਗ੍ਰੈਂਡ ਕਰ ਰਹੇ ਨੇ ਔਰ ਬਾਕੀ ਪਿਆਜ਼ ਟਮਾਟਰ ਉਹ ਹਾਲੇ ਤੱਕ ਜਿਹੜਾ ਕਟਾਈ ਕਰਨ ਵਾਲੇ ਨੇ ਗੋਸ਼ਤ ਜਿਹੜਾ ਪਹਿਲੇ ਹੀ ਹੋਊਗਾ ਤਕਰੀਬਨ ਅੱਧਾ ਘੰਟਾ ਜਿਹੜਾ ਲੱਗੇਗਾ ਔਰ ਸਾਡੀ ਬੀਫ ਬਿਰਿਆਨੀ ਜਿਹੜੀ ਨਾ ਤਿਆਰ ਹੋ ਜਾਵੇਗੀ ਹਾਂ ਉਹ ਬਣ ਤਾਂ ਲਵੇ ਘਰ ਵੇਖ ਲੈਂਦੇ ਅੱਜ ਤੂੰ ਕਿੰਨੀ ਖਾਵੇਂਗੀ ਪਾਣੀ ਵੇਖ ਇਹਨਾਂ ਡੋਲਿਆ ਮੈਂ ਹੁਣ ਆਇਆ ਦੇਖ ਕੀ ਨੇੜੇ ਧੋਣ ਕਹਿ ਰਹੀ ਨਾ ਖਾਵੀ ਮੈਂ ਨਲੀ ਖਾਣੀ ਹਾਂਜੀ ਅਤੇ ਮਸਾਲਾ ਵੀ ਜਿਹੜਾ ਤਕਰੀਬਨ ਬੁੱਝਿਆ ਖੜਾ ਔਰ ਉਸ ਤੋਂ ਬਾਅਦ ਜਿਹੜਾ ਪਾਵਾਂਗੇ ਵਿੱਚ ਗੋਸ਼ਤ ਔਰ ਹੁਣ ਜਿਹੜਾ ਸਾਰੇ ਮਸਾਲੇ ਜਿਹੜੇ ਇਕੱਠੇ ਪੈ ਗਏ ਗਰਮ ਮਸਾਲਾ ਵੀ ਅਦਰਕ ਲਸਣ ਸਬਜ਼ ਮਿਰਚ ਸਾਰੇ ਜਿਹੜੀਆਂ ਚੀਜ਼ਾਂ ਇਕੱਠੀਆਂ ਪੈ ਗਈਆਂ ਜ਼ਾਇਕਾ ਇਹਨਾਂ ਨਾਲ ਜਿਹੜਾ ਸਭ ਤੋਂ ਜ਼ਿਆਦਾ ਬਣੇਗਾ ਔਰ ਕੱਲ੍ਹ ਵਾਲੇ ਅਸੀਂ ਬਿਰਿਆਨੀ ਜਿਹੜੀ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਸਕੇ ਟੈਨਸ਼ਨ ਵਗੈਰਾ ਕਾਫੀ ਸਾਰੀ ਜਿਹੜੀ ਨਾ ਬਣ ਗਈ ਸੀ ਜਿਹੜੀ ਛੋਟੀ ਜਿਹੀ ਚੋਰੀ ਹੋਈ ਸੀ ਉਹਦੀ ਵਜ੍ਹਾ ਤੋਂ ਚੱਲ ਲੈ ਹੁਣ ਨਹੀਂ ਉੱਪਰ ਬਹਿਣਾ ਠੀਕ ਹੈ ਨਾ ਫਿਰ ਜਾਂਦੀ ਠੀਕ ਹਾਂਜੀ ਅਤੇ ਮਸਾਲਾ ਜਿਹੜਾ ਹੋ ਗਿਆ ਤਿਆਰ ਔਰ ਹੁਣ ਅਸੀਂ ਜਿਹੜਾ ਚਿਕਨ ਜਿਹੜਾ ਬੋਇਲ ਹੋਇਆ ਹੋਇਆ ਚਿਕਨ ਕਹਿ ਰਿਹਾ ਮਟਨ ਆਏ
ਕਿਆ ਬਾਤ ਹੈ। ਹਾਂਜੀ ਤੇ ਪਾਣੀ ਜਿਹੜਾ ਪਾਤਾ ਔਰ ਹੁਣ ਜਿਹੜਾ ਅਸੀਂ ਪਾਉਣ ਲੱਗੇ ਹਾਂ ਚਾਵਲ। ਅੱਛਾ ਗੋਸ਼ਤ ਦੁਕਾਨ ਤੋਂ ਮੁੱਲ ਲੈ ਕੇ ਜਿੰਨਾ ਮਰਜ਼ੀ ਜਿਹੜਾ ਪੁਲਾਓ ਬਿਰਿਆਨੀ ਬਣਾ ਲਓ, ਲੇਕਿਨ ਕੁਰਬਾਨੀ ਦੇ ਗੋਸ਼ਤ ਆਪਣਾ ਮਜ਼ਾ ਨਹੀਂ। ਇਹਦਾ ਟੇਸਟ ਉਹ ਜ਼ਾਇਕਾ ਹੀ ਜਿਹੜਾ ਨਹੀਂ ਰਲਦਾ ਜਿਹੜਾ ਦੁਕਾਨਾਂ ਤੋਂ ਪਹਿਲਾਂ ਜਿਹੜਾ ਮੁੱਲ ਲਈਦਾ। ਮਾਸ਼ਾਅੱਲਾ ਇਹਦਾ ਬਹੁਤ ਹੀ ਪਿਆਰਾ ਜਿਹੜਾ ਕੁਰਬਾਨੀ ਦੇ ਗੋਸ਼ਤ ਦਾ ਜਿਹੜਾ ਜ਼ਾਇਕਾ ਹੁੰਦਾ, ਔਰ ਵੱਡਾ ਗੋਸ਼ਤ ਜਿਹੜਾ ਖਤਮ ਹੋ ਗਿਆ ਅਤੇ ਸਵੇਰੇ ਅਸੀਂ ਜਾਂ ਪਰਸੋਂ ਜਿਹੜਾ ਇੱਕ ਦੋ ਦਿਨ ਅੱਗੇ ਕਰਨਾ, ਸਵੇਰੇ ਅਸੀਂ ਜਿਹੜਾ ਬਣਾਵਾਂਗੇ ਸਬਜ਼ੀ, ਗਿਆ ਤੋਰੀ, ਭਿੰਡੀ ਤੋਰੀ ਜਾਂ ਟਿੰਡੇ ਇਹੋ ਜਿਹੀ ਕੋਈ ਚੀਜ਼ ਜਿਹੜਾ ਸਵੇਰੇ ਅਸੀਂ ਸਬਜ਼ੀ ਜਿਹੜਾ ਬਣਾਵਾਂਗੇ, ਫਿਰ 4-5 ਦਿਨ ਠਹਿਰ ਕੇ ਜਦੋਂ ਬੱਕਰਾ ਪਿਆ ਨਿੱਕੇ ਦਿਨ ਜਿਹੜਾ ਬਣਾ ਲਵਾਂਗੇ। ਹਾਂ ਖਾ ਗਿਆ, ਤੂੰ ਵੀ ਖਾਊ, ਖਾ ਲਓ। ਹਾਂਜੀ ਤੇ ਪੁਲਾਓ ਜਿਹੜਾ ਤਕਰੀਬਨ ਪਾ ਕੇ ਤਿਆਰ ਹੋਇਆ ਖੁਦ, ਔਰ ਅਸੀਂ ਜਿਹਨੂੰ ਹੁਣ ਦੇਣ ਲੱਗੇ ਹਾਂ ਦਮ। ਮਾਸ਼ਾਅੱਲਾ ਦਸ 15 ਮਿੰਟ ਹੀ ਲੱਗਣਗੇ ਦਮ ਦੇਣ ਲਈ। ਮੈਂ ਦਮ ਦੇ ਲਾ ਚਾਹ, ਮੈਂ ਵੀ ਜਾਣਾ ਫਿਰ ਬੂਟੀ ਲਾ ਲਵਾਉਣਾ। ਹਾਂਜੀ ਪੁੱਤਰ ਤੈਨੂੰ ਹੀ ਦੇਵਾਂਗੇ, ਆਪਾਂ ਵੱਡੀ ਥਾਲੀ ਜਿਹੜਾ ਕੱਢਾਂਗੇ ਤੈਨੂੰ ਖਵਾਵਾਂਗੇ, ਨਲੀ ਮੈਂ ਖਵਾਵਾਂਗਾ ਚਮਚੀਆਂ ਨਾਲ, ਮੈਂ ਤੈਨੂੰ ਨਲੀ ਖਵਾਵਾਂਗਾ ਚਮਚੀਆਂ ਨਾਲ, ਠੀਕ ਹੈ। ਹੈਂ ਆਪਾਂ ਕਾਕੇ ਨੂੰ ਨਲੀ ਖਵਾਣੀ, ਨੁਮਾਨ ਨੂੰ ਨਲੀ ਖਵਾਣੀ ਹੈ, ਹੈਂ ਅੰਮੀ ਤੇਰੀ ਨੂੰ ਨਹੀਂ, ਸਾਧੀਆ ਨੂੰ, ਮੈਂ ਖਾਣੀ ਨਲੀ, ਮੈਂ ਖਾਵਾਂ ਕਿ ਨਾ ਤੂੰ ਖਾ, ਇਹਨੂੰ ਬਸ ਨਲੀ ਦੇ ਨਾਮ ਨਾਲ ਪਿਆਰ ਆ, ਬਸ ਤੂੰ ਨਲੀ ਖਾਊ, ਚੱਲ ਦੇ ਦਿੱਤਾ। ਚਾਵਲ ਕਿਸ ਟਾਈਮ ਦੇ ਤਕਰੀਬਨ ਘੰਟਾ ਹੋ ਗਿਆ ਪੱਕਣ ਲੱਗਿਆ, ਪੂਰਾ ਘੰਟਾ ਹੋ ਗਿਆ, ਨਿਜਾਬ ਫਾਤਮਾ ਇਹ ਹੀ ਕਹਿ ਰਹੀ ਆ ਕਿ ਮੈਂ ਨਲੀ ਖਾਊਂਗਾ। ਚਲੋ ਮੈਂ ਬੂਟੀ ਜਿਹੀ ਨੇ ਲਾ ਲਵਾਂ, ਰੰਬਾ ਕਿੱਥੇ ਪਿਆ, ਇੱਧਰ ਪਿਆ ਰੰਬਾ ਤੰਦੂਰਾਂ, ਔਰ ਤਕਰੀਬਨ ਜਿਹੜਾ ਮੈਂ ਥੱਲੇ 4-5 ਇੰਚ ਤੱਕ ਜਿਹੜਾ ਡੂੰਘਾ ਜਿਹੜਾ ਆ ਖੱਟ ਕੇ ਨਰਮ ਜਿਹੜਾ ਕੀਤੀ ਆ, ਬੂਟੀ ਲਾ ਕੇ ਉੱਪਰੋਂ ਜਿਹੜਾ ਪਾਣੀ ਲਾ ਦਿੰਦੇ ਹਾਂ, ਖਰੋੜੇ ਵਗੈਰਾ ਜਿਹੜਾ ਕੁਛ ਹੋਰ ਜਿਹੜਾ ਪੂਰ ਲਈਏ, ਉਹ ਨਲੀ ਜਿਹੜਾ ਕੱਢੀਏ, ਛਾਪਾ ਰਿਚੋਰ ਲਾਣੀ ਜਿਹੜਾ ਸ਼ੁਰੂ ਕਰਨੇ ਆ। ਸ਼ਾਮ ਰਾਤ ਨੂੰ ਤਕਰੀਬਨ ਜਿਹੜਾ 9-10 ਵਜੇ ਲਾਈਟ ਜਿਹੜਾ ਕੁਛ ਫੁੱਲ ਹੁੰਦੀ ਆ, ਹੁਣ ਤਾਂ ਬਿਜਲੀ ਜਿਹੜਾ ਡੈਮ ਆ ਪੰਪ ਪਾਣੀ ਵੀ ਜਿਹੜਾ ਨਹੀਂ ਦੇ ਰਹੇ ਨੇ, ਅਤੇ ਰਾਤ ਨੂੰ ਜਿਹੜਾ ਪਾਣੀ ਵਗੈਰਾ ਸਾਰਾ ਲਾਵਾਂਗੇ ਉਹਨੂੰ, ਫਿਰ ਖੱਡੇ ਨੂੰ ਜਿਹੜਾ ਮੈਂ ਹੁਣ ਪਾਣੀ ਜਿਹੜਾ ਦੇ ਦੇਵਾਂਗਾ ਨਲਕੇ ਤੋਂ ਬਾਲਟੀ ਭਰ ਕੇ, ਜਾਂ ਵੈਸੇ ਜਿਹੜਾ ਵਾਲ ਪਰ ਟੈਂਕੀ 'ਚ ਪਾਣੀ ਦਿੱਤਾ ਉਹਨਾਂ ਨਲਕੇ ਤੋਂ ਜਿਹੜਾ ਫਿਲਹਾਲ ਬਾਲਟੀ ਇੱਕ ਭਰ ਕੇ ਜਿਹੜਾ ਪਾਣੀ ਦੀ ਦੇ ਲਵਾਂਗੇ। ਔਰ ਮੈਂ ਵੀ ਜਿਹੜਾ ਹੁਣ ਲਾਉਣ ਲੱਗਿਆ, ਔਰ ਛੋਟੇ ਛੋਟੇ ਪੀਸ ਕੋਈ ਨਹੀਂ ਕਰਨ ਲੱਗਿਆ, ਵੱਡੇ ਵੱਡੇ ਪੀਸ ਹੀ ਜਿਹੜਾ ਲਾਉਣ ਲੱਗਿਆ, ਸਹੀ ਹੈ ਨਾ ਨਿਜਾਲ ਜੀ। ਠੀਕ ਹੈ ਤੈਨੂੰ ਕੋਈ ਤਰਾਸ ਨਹੀਂ।
ਕੋਈ ਨੀ ਇਤਰਾਜ਼। ਚਲ ਮੈਂ ਆਖੇ ਸ਼ਾਇਦ ਬਾਦ ਇਹਨਾਂ ਆਖੇ ਮੈਨੂੰ ਇਤਰਾਜ਼ ਆ, ਕੋਈ ਨੀ ਇਤਰਾਜ਼ ਨਾ। ਖਾਲੀ ਤੀ ਕਰੇ ਨੂੰ ਪਾਣੀ ਵੀ ਆਪਾਂ ਲੈਣ, ਔਰ ਮੈਂ ਵੀ ਜਾਣਾ ਇੱਕੇ ਖੱਡੇ 'ਚ ਜਾਣਾ ਲਾਉਣ ਲੱਗਿਆ, ਦੋ ਖੱਡਿਆਂ 'ਚ ਜਾਣਾ ਕੋਈ ਲਾਉਣ ਲੱਗਿਆ। ਇਸ ਖੱਡੇ 'ਚ ਤਾਂ ਲਿਆ ਰਿਹਾ, ਇਹ ਖੱਡੇ ਨੂੰ ਜਿਹੜਾ ਡੋਗ ਜਿਹੜਾ ਖਰਾਬ ਕੋਈ ਨਹੀਂ ਕਰਦਾ, ਬਾਕੀ ਸਾਰੇ ਖੱਡੇ ਨੂੰ ਜਿਹੜਾ ਖਰਾਬ ਕਰ ਦਿੰਦਾ। ਇੱਥੇ ਜਿਹੜਾ ਸਗਣੀ ਕਰਕੇ ਜਿਹੜਾ ਫੁੱਟ ਗਈ ਨਾ, ਮੋਟਰ ਜਾ ਕੇ ਜਿਹੜੇ ਚਲਾਉਂਦੇ ਆ, ਦੇਖਦੇ ਆ ਪਾਣੀ ਅਗਰ ਦੇ ਦਿੱਤਾ ਤਾਂ ਦੇ ਲੈਂਦੇ ਆ, ਨਹੀਂ ਤਾਂ ਫਿਰ ਜਾ ਛੱਡ ਜਾਓ। ਚੱਲ ਪਰੇ ਹਟ ਜਾਓ, ਪਰੇ ਹਟ ਜਾਓ, ਹੱਥ ਨਾ ਲਾ ਕੇ। ਮੈਂ ਕਿ ਸਗਣੀ ਕਰਕੇ ਗੜਨੇ ਆ, ਇੱਕ ਇੱਕ ਫੁੱਲ ਵੀ ਖਿੜਿਆ ਨਾ, ਖੱਡਾ ਤੋਰਾ ਜਿਹੜਾ ਭਰਿਆ ਹੋਇਆ ਮਹਿਸੂਸ ਹੋਵੇਗਾ। ਆ ਜਾ ਮੋਟਰ ਚਲਾ, ਆ ਜਾ ਆ ਜਾ, ਨੇੜੇ ਨਹੀਂ ਜਾਣਾ, ਚਲਾ ਲਈਏ। ਔਰ ਚੌਕੀ ਜਿਹੜੀ ਨਾ ਕੀਤੀ ਹੋਈ ਆ, ਪਾਣੀ ਜਿਹੜਾ ਖੱਡਾ ਇਸ ਤੋਂ ਕਾਫੀ ਸਾਰਾ ਜਿਹੜਾ ਖਿੱਚੇਗਾ। ਕਿਵੇਂ ਗੱਲ ਹੈ ਨਾ, ਭਰੇ ਹਟ ਜਾਓ, ਭਰੇ ਹਟ ਜਾਓ। ਪਿੱਛੇ ਪਿੱਛੇ ਪੈਰ ਪਿੱਛੇ ਕਰ, ਚਾਵਲ ਖਾ ਕੇ ਫਿਰ ਮੈਂ ਸਾਫ਼ ਸਫਾਈ ਸ਼ੁਰੂ ਕਰਨੀ ਆ। ਗਾਰਡਨ ਕਾਫੀ ਸਾਰਾ ਖੂਬਸੂਰਤ ਹੋ ਗਿਆ, ਲੇਕਿਨ ਜੇ ਨਾ ਫਿਰ ਖਰਾਬ ਹੋ ਗਿਆ, ਲੇਕਿਨ ਫਿਰ ਜੇ ਦਰੁਸਤ ਹੋ ਜਾਵੇਗਾ। ਠੀਕ ਹੈ ਠੀਕ ਹੈ, ਖੱਡਾ ਬਰੀਜ ਗਿਆ ਤੇ ਫਿਰ ਜਾਣਾ ਸੁਬਾਹ, ਤਾਂ ਕਿ ਇਹਨਾਂ ਨੂੰ ਟੈਨਸ਼ਨ ਕੋਈ, ਸੁਬਾਹ ਪਾਣੀ ਜਾਣਾ ਫਿਰ ਲਾ ਲਵਾਂਗੇ। ਸਹੀ ਹੈ ਨਾ, ਅਸਲ ਤੇ ਜਿਹੜੀ ਦੂਸਰੀ ਜਿਹੜੀ ਇੱਕ ਹੁੰਦੀ ਨਾ ਪਿੰਕ ਗਹਿਰਾ ਕਲਰ ਹੁੰਦਾ, ਫਿਰ ਕੋ ਫਿੱਕੇ ਜਿਹੇ ਕਲਰ ਦੀ ਆ, ਉਹ ਜ਼ਿਆਦਾ ਖੂਬਸੂਰਤ ਲੱਗਦਾ ਜੇ ਜ਼ਿਆਦਾ ਗਹਿਰਾ ਹੋਵੇ। ਔਰ ਪਾਣੀ ਦਾ ਖੱਡਾ ਜਿਹੜਾ ਮੈਂ
ਖੱਡਾ ਜਿਹੜਾ ਪਾਣੀ ਨਾਲ ਫੁੱਲ ਜਿਹੜਾ ਕਰਤਾ, ਸਵੇਰੇ ਜਿਹੜਾ ਫਿਰ ਪਾਣੀ ਲਾਵਾਂਗੇ, ਦਮ ਜਿਹੜਾ ਹਾਲੇ ਤੱਕ ਜਿਹੜਾ ਕੋਈ ਨਹੀਂ ਤਿਆਰ ਹੋਇਆ। ਚੱਲੇ ਹਾਂ ਦੁਕਾਨ 'ਤੇ, ਫਿਰ ਆਣ ਕੇ ਜਿਹੜਾ ਚਾਵਲ ਜਿਹੜਾ ਖਾਂਦੇ, ਔਰ ਬਹੁਤ ਫਸਟ ਟਾਈਮ ਜਿਹੜਾ ਠੰਡਾ ਮਾਹੌਲ ਬਣਿਆ ਰਿਹਾ, ਠੰਡੀਆਂ ਹਵਾਵਾਂ ਚੱਲੀਆਂ ਰਹੀਆਂ, ਬੱਦਲ ਬਣੇ, ਲੇਕਿਨ ਹੁਣ ਜਾਣ ਕੇ ਜਿਹੜਾ ਥੋੜ੍ਹੀ ਬਹੁਤੀ ਜਿਹੜਾ ਗਰਮੀ ਮਹਿਸੂਸ ਹੋ ਰਹੀ ਆ। ਹਾਂਜੀ, ਅਤੇ ਚਾਵਲ ਵੀ ਤਕਰੀਬਨ ਦਮ ਹੋ ਗਿਆ ਹੋਣਾ, ਚੱਲ ਕੇ ਜਿਹੜਾ ਦਮ ਫੁਲਾਉਂਦੇ ਔਰ ਚਾਵਲ ਜਿਹੜੇ ਨਾ ਖਾਂਦੇ ਹਾਂ, ਭੁੱਖ ਕਾਫੀ ਸਾਰੀ ਜਿਹੜਾ ਲੱਗੀ ਹੋਈ ਆ, ਕਿਉਂਕਿ ਸਵੇਰੇ ਫਸਟ ਟਾਈਮ ਜਿਹੜਾ ਨਾਸ਼ਤਾ ਕੀਤਾ ਸੀ, ਔਰ ਨਲੀ ਪੁਲਾਓ ਜਿਹੜਾ ਸਾਡਾ ਪੱਕ ਕੇ ਤਿਆਰ ਹੋ ਗਿਆ, ਔਰ ਬੇਗਮ ਜਿਹੜਾ ਪਲੇਟਾਂ 'ਤੇ ਚਮਚੇ ਜਿਹੇ ਚਾਹ ਰਹੀ, ਔਰ ਬੱਦਲ ਹੈ ਸਾਈਡ ਵੱਲ ਜਿਹੜਾ ਆ ਰਿਹਾ। ਹਾਂਜੀ, ਪਲੇਟ ਚਾਹ ਲੈ ਨਲੀ ਕੱਢੂਆਂ, ਅੱਜ ਆ ਜਾ ਗੱਡੀ ਸਾਧੀਆ ਗੱਡੀ, ਔਰ ਲੈ ਚਾਵਲ ਖਾ ਲਈ ਟੋਰਿਆ, ਆ ਜਾ ਚਾਵਲ ਪੱਕ ਗਏ। ਹਾਂਜੀ, ਅਤੇ ਚਾਵਲ ਜਿਹੜਾ ਮਾਸ਼ਾਅੱਲਾ ਪੱਕ ਕੇ ਤਿਆਰ ਹੋ ਗਏ, ਬੜੀ ਹੀ ਪਿਆਰੀ ਜਿਹੜੀ ਨਾ ਖੁਸ਼ਬੂ ਆ ਰਹੀ ਆ। ਨਿਜਾਬ ਫਾਤਮਾ ਆ ਜਾ, ਔਰ ਮਾਸ਼ਾਅੱਲਾ ਭੁੱਖ ਵੀ ਕਾਫੀ ਸਾਰੀ ਲੱਗੀ ਹੋਈ, ਔਰ ਮਾਸ਼ਾਅੱਲਾ ਜਿਹੜਾ ਕਿਆ ਬਾਤ, ਨਲੀ ਪੁਲਾਓ ਵੀ ਬੜਾ ਜ਼ਬਰਦਸਤ ਬਣਿਆ, ਔਰ ਸਾਰੇ ਭੈਣ ਭਾਈਆਂ ਨੂੰ ਦਾਵਤ ਆ ਖਾ ਸਕਦੇ ਹੋ। ਮਾਸ਼ਾਅੱਲਾ, ਔਰ ਬੱਚਿਆਂ ਨੂੰ ਜਿਹੜਾ ਬੁਲਾ ਕੇ ਜਿਹੜਾ ਲੈ ਆਉਂਦੇ, ਔਰ ਮੈਂ ਵੀ ਜਿਹੜਾ ਦੁਕਾਨ 'ਤੇ ਜਾ ਰਿਹਾ ਇੱਕ ਮਿੰਟ, ਫਿਰ ਆਣ ਕੇ ਜਿਹੜਾ ਸਾਰੇ ਮਿਲ ਕੇ ਜਿਹੜਾ ਖਾਂਦੇ ਹਾਂ, ਭਾਵੇਂ 10 ਇੱਕ ਮਿੰਟ ਸ਼ਟਰ ਜਿਹੜਾ ਥੱਲੇ ਜਿਹੜਾ ਸਿੱਟ ਦਿੰਦੇ ਹਾਂ, ਔਰ ਅੱਜ ਦੇ ਵਾਲਾ ਵਿਲਾਗ ਵੀ ਕਰ ਰਹੇ ਹਾਂ ਇੱਥੇ ਖਤਮ। ਇਨਸ਼ਾਅੱਲਾ ਮਿਲਦੇ ਹਾਂ ਇੱਕ ਸਨੈਕ ਸੱਚੇ ਤੱਛੇ ਵਿਲਾਗ ਦੇ ਵਿੱਚ। ਆਪਣਾ ਢੇਰ ਸਾਰਾ ਖਿਆਲ ਰੱਖਿਆ ਜੇ, ਦੁਆਵਾਂ 'ਚ ਯਾਦ ਰੱਖਿਆ ਜੇ, ਇਹਨਾਂ ਦੁਆਵਾਂ ਦੇ ਨਾਲ ਦੇ ਇਜਾਜ਼ਤ, ਅੱਲਾ ਹਾਫਿਜ਼।